ਕਿੰਨੀ ਕਿ ਲੈ ਕੇ ਆਇਆ ਓਏ ਓ ਕਾਕਾ ਸਾਡੇ ਤੀਲਾ ਦੀਆਂ ਡੱਬੀਆਂ ਜਮਾਓ ਓਏ ਗੱਲ ਸੁਣਾ ਹਾਂ ਓਏ ਓ ਤੀਲਾ ਦੀਆਂ ਡੱਬੀਆਂ ਤਾਂ ਤੀਲਾ ਦਾ ਪੂਰੀਆਂ ਹੋ ਕਿੰਨੀਆਂ ਕਿ ਲੈ ਓ ਸਾਡੇ ਕਾਕਾ ਲੈਟਰਿੰਗਾਂ ਵੀ ਜਮਾਓ ਓਏ ਮੈਂ ਕਿਹਾ ਭਾਈ ਸਾਹਿਬ ਮੈਨੂੰ ਇਹ ਦੱਸੋ ਵੀ ਕਿੱਥੇ ਮਿਲਣਗੇ
ਤੁਸੀਂ ਇੱਥੇ ਕਰੋ ਸਿੱਧੇ ਚੌਂਕ ਤੋਂ ਸੱਚੇ ਹੱਥ ਹੋ ਜਾਓ ਸੱਚੇ ਹੱਥੋਂ ਖੱਬੇ ਹੱਥ ਹੋ ਕੇ ਅੱਗੇ ਕਰਾਂਗੇ ਇਹਨਾਂ ਉੱਥੇ ਜਾ ਕੇ ਮਿਲਦੇ ਅੱਛਾ ਠੀਕ ਹੈ ਮਿਹਰਬਾਨੀ ਸ਼ੁਕਰੀਆ ਜੀ ਗੜਦੀ ਆ ਗੜਦੀ ਆ ਜਾ ਠੀਕ ਹੈ ਜੀ ਠੀਕ ਹੈ ਆਹ ਹੀ ਲੱਗਦਾ ਸਾਡੇ ਲੋ ਗੜਦੀ ਵਾਲਾ ਲੈ ਆ ਚਾਹੇ ਭੂਮੇ ਤੋਂ ਟੱਕ ਲਿਆ ਸਾਨੂੰ ਗਾਉਣ ਵਾਲੀ ਚਾਹੀਦੀ ਓਏ आवाज Yeah.
किया वा आवाज ही बहुत वधिया। अच्छा अच्छा गल सुनो, मैं क्या हूं मैं साहब जी दस्या ना? हाँ दस्या जा। चलो ठीक है। Oh!
ਜੰਗਲ ਵਿੱਚ ਆਉਂਦੇ ਨੇ ਤੁਰੇ ਤੇ ਕੀ ਵੇਖਦੇ ਨੇ ਕਿ ਉਸਤਾਦ ਦੀ ਆਪਣੇ ਗੁਰੂ ਦੀ ਖੁਸ਼ਬੂ ਆ ਰਹੀ ਜਰਾ ਗੌਰ ਕਰਿਓ ਜਿਸ ਵੇਲੇ ਵੇਖਿਆ ਕਿ ਜੰਗਲ ਦੇ ਇਧਰਲੇ ਪਾਸਿਓ ਉਸਤਾਦ ਦੀ ਯਾਰ ਦੀ ਪੀਰ ਦੀ ਖੁਸ਼ਬੂ ਆ ਰਹੀ ਹੈ ਤੇ ਊਟਾਂ ਦੇ ਮੂੰਹ ਉਧਰ ਨੂੰ ਮੋੜ ਦਿੱਤੇ ਹੁਣ ਨਿਜ਼ਾਮੋਦੀਨ ਔਲੀਆ ਸਰਕਾਰ ਦੇ ਜੋੜੇ ਦੀ ਬੇਕਦਰੀ ਹੁੰਦੀ ਹੈ ਤੇ ਅਮੀਰ ਖੁਸਰੋ ਸਾਹਿਬ ਜਿਹੜੇ ਆਉਂਦੇ ਨੇ ਆਸੇ ਪਾਸੇ ਦੇਖਦੇ ਨੇ ਕਿ ਜੋੜਿਆਂ ਦੀ ਗੁਰੂ ਦੀ ਖੁਸ਼ਬੂ ਜਿਹੜੀ ਪੀਰ ਦੀ ਖੁਸ਼ਬੂ ਕਿੱਥੇ ਤੋਂ ਮਿਲ ਜਾਂਦੀ ਹੈ ਪਰ ਆਪ ਮਦਰੀ ਨਹੀਂ ਹੁੰਦੇ ਹੁਣ ਜਿਹੜੇ ਕਵਾਲ ਗਾਉਣ ਪਏ ਉਹਨਾਂ ਨੂੰ ਪੁੱਛਦੇ ਭਾਈ ਕਿੱਥੋਂ ਆਏ ਕਹਿਣ ਲੱਗੇ ਤੈਂ ਕੀ ਕਹਿਣਾ ਮੈਂ ਦੱਸੋ ਸਹੀ ਤੇ ਉਹ ਹੁਣ ਜਿਹੜੇ ਕਵਾਲ ਪਤਾ ਹੀ ਕਹਿੰਦੇ ਨੇ ਗਏ ਸੀ ਉੱਥੇ ਉੱਥੇ ਗਏ ਸੀ ਨਿਜ਼ਾਮੂ ਦੇ ਕਿਉਂਕਿ ਸਾਡੇ ਗਾਉਣੇ ਵਾਲਿਆਂ ਦਾ ਹਰ ਦੇ ਵਿਚਾਰ ਖੁਦ ਪੈਸੇ ਫਿਰ ਤਾਂ ਕਾਲੀ ਸ਼ਾਹ ਹੀ ਕਹਿਣਾ ਜੇ ਨਾ ਹੋ ਤਾਂ ਕਹਿਣਾ ਕਾਲੇ ਜਹੇ ਗਏ ਸੀ ਅਮੀਰ ਖੁਸਰੋ ਸੋਚਦੇ ਨੇ ਕਿ ਮੇਰੇ ਪਿਓ ਜੀ ਨਾਂ ਦੀ ਇੰਨੀ ਤੇ ਕਦਰੀ ਗੱਲ ਕੀ ਹੋਈ ਹੈ ਕਹਿਣ ਲੱਗੇ ਦੱਸੀ ਦੱਸਣ ਅਸੀਂ ਤੁਹਾਨੂੰ ਕੀ ਦੱਸੀਏ ਮੇਰਾ ਵੀਰ ਜੀ ਸੰਭਾਲ ਦਾ ਮਾਇਕ ਤੁਹਾਨੂੰ ਕੀ ਦੱਸੀਏ ਅਸੀਂ ਫਿਰ ਦੱਸੋ ਸਹੀ ਗਏ ਸੀ ਜਿੱਦਾਂ ਮੂੰਹ ਦੇ ਗਾਉਣ ਕੁਛ ਮਿਲਿਆ ਵੀ ਕਹਿਣ ਲੱਗਣਾ ਮਿਲਣਾ ਕੀ ਆ ਭਰਾਵਾ ਦੋ ਦਿਨ ਤੁਹਾਡੇ ਗਾਉਂਦੇ ਰਹੇ ਮਗਰੋਂ ਮਿਲੀਆਂ ਤੇ ਮਿਲੀਆਂ ਅਮੀਰ ਦੂਸਰੋ ਕਮਾਂਦੇ ਸੋਚਦੇ ਕਿ ਹੋਣ ਸਾਡੇ ਯਾਰ ਦੇ ਜੋੜੇ ਸਾਡੇ ਪੀਰ ਦੇ ਜੋੜੇ ਹੋਣ ਤੇ ਉਹਨਾਂ ਦੀ ਬੇਕਦਰੀ ਨਹੀਂ ਹੋਣੀ ਉਹ ਕੈਸਾ ਸ਼ਗਿਰਦ ਹੋਵੇਗਾ ਕੈਸਾ ਚੇਲਾ ਹੋਵੇਗਾ ਇਹ ਜੋੜੇ ਮੈਨੂੰ ਦੇ ਦਿਓ ਇਹ ਜੋੜੇ ਮੈਨੂੰ ਦੇ ਦਿਓ ਕਹਿਣ ਕੇ ਤੂੰ ਲੱਗਾ ਸੀਗਾ ਮੈਂ ਆਪਣੇ ਸਿਰ ਮਾਰਨੇ ਇਹਨਾਂ ਜੋੜਿਆਂ ਦਾ ਕੀ ਲਉਂਗੇ ਉਹ ਕਹਿਣ ਲੱਗੇ ਤੂੰ ਕੀ ਦੇਵੇਂਗਾ ਅਮੀਰ ਖੁਸਰੋ ਸਾਹਿਬ ਕਹਿਣ ਲੱਗੇ ਨੇ ਹੁਣ ਮੇਰੇ ਯਾਰ ਦੇ ਜੋੜੇ ਮੇਰੇ ਪੀਰ ਦੇ ਜੋੜੇ ਤੋਂ ਉਹਨਾਂ ਦਾ ਮੈਂ ਮੁੱਲ ਪਾ ਦਿੱਤਾ ਮੇਰੀ ਕੀ ਔਕਾਤ ਹੈ ਭਰਾਵੋ ਇਸ ਵੇਲੇ ਮੇਰੇ ਕੋਲ ਕੁਝ ਨਹੀਂ ਹੈ ਇਸ ਵੇਲੇ 72 ਊਟ ਕੇਸਰ ਦੇ ਲੱਦੇ ਹੋਏ ਲੱਦੇ ਨੇ ਸਣੇ ਊਟ ਤੇ ਸਣੇ ਕੇਸਰ ਤੁਹਾਡਾ ਹੋ ਕੇ ਤੇ ਜੋੜੇ ਮੇਰੇ ਰਾਜਾ ਭਰਾਵਾ ਤੂੰ ਲੈ ਹੈਲੋ ਸਰਕਾਰ ਜੋੜੇ ਹੋਣ ਤੁਹਾਡੇ ਤੇ ਮੁੱਲ ਉਹਨਾਂ ਦਾ ਮੈਂ ਪਾ ਸਕਦਾ ਮੇਰੀ ਕੀ ਔਕਾਤ ਹੈ
ਮੇਰੀ ਕੀ ਔਕਾਤ ਹੈ? ਕਹਿੰਦਾ ਜੀ ਧਿਆਨ ਰੱਖੋ, ਬਿਲਕੁਲ ਡਬਰੀ ਘੱਟ ਹੋ ਜਾਵੇ। ਮੇਰੀ ਕੀ ਔਕਾਤ ਹੈ? ਉਹ ਕੁਛ ਦੇ ਕੇ ਵੀ ਆਇਆ। ਕਹਿਣ ਲੱਗਾ ਸਰਕਾਰ ਜਿਸ ਵੇਲੇ ਮੈਂ ਉਹਨਾਂ ਕੋਲ ਜੋੜੇ ਲਿਆ, ਮੇਰੇ ਕੋਲ ਕੁਝ ਨਹੀਂ ਸਰਿਆ। 72 ਊਠ ਕੇਸਰ ਦੇ ਲੱਗੇ ਸੀ, ਵਿੱਚੇ ਯੂਰ ਦੇ ਵਿੱਚ ਕੇਸਰ ਹੋ ਗਏ, ਤੁਹਾਡੇ ਜੋੜੇ ਲੈ ਕੇ ਆਇਆ। ਮੇਰੇ ਜੋੜੇ ਲੈ ਕੇ ਆ, ਇਹਨਾਂ ਜੋੜੇ ਦਾ ਕਰੇਗਾ ਕੀ? ਕਹਿਣ ਲੱਗਾ ਸਰਕਾਰ ਕਰਨਾ ਕੀ ਆ, ਇੱਕ ਜੁੱਤੀ ਨਾ ਆ ਜਹਾਂ ਜਿੱਤਣਾ, ਦੂਜੀ ਜੁੱਤੀ ਨਾ ਉਹ ਤੇ ਨਾਲੇ ਕਹਿੰਦਾ ਸੋਨੇ ਦੇ ਸਿੱਕੇ ਝਾੜ ਦੇ, ਸੋਨੇ ਦੇ ਸਿੱਕੇ ਝਾੜ ਦੇ ਤੇ ਫਕੀਰ ਦੇ। Yeah.
ਨਾ ਕਹਿ ਦੇ ਕੇ ਮੇਰੇ ਗੁਨਾਹ ਕੀਤੇ ਦਿਖ ਜਾਣਗੇ। ਜ਼ਰਾ ਗੱਲ ਗੌਰ ਕਰਿਓ ਕਿ ਇੱਕ ਵਾਰ ਫਕੀਰ ਦੇ ਕੋਲ ਦੋ ਚੇਲੇ ਚਲੇ ਗਏ, ਕਹਿਣ ਲੱਗੇ ਸਾਈਂ ਤੁਹਾਡੇ ਸ਼ਗਿਰਦ ਪੈਣਾ, ਕਹਿਣਗੇ ਬਹਿ ਲਓ ਇੱਥੇ ਲੰਗਰ ਪਾਣੀ ਜੀ, ਕਿਉਂਕਿ ਬੜਾ ਔਖਾ ਮਨਾਉਣਾ ਦਿਲ ਬਦਾ ਢੰਗਰ ਨੂੰ ਹਲਾਉਣਾ ਪੈਂਦਾ ਏ, ਮੂੰਹ ਨਾਲ ਕਹਿੰਦਾ ਤਾਂ ਲੱਗਦਾ ਪਹਿਲੇ ਕੋਸ਼ ਲਗਾਉਣਾ ਪੈਂਦਾ। ਸਾਈਂ ਚੇਲੇ ਬਣਨਾ ਆ ਬਹਿ ਦਿਓ ਭਾਈ, ਉਹ ਜਿਸਨੇ ਪੰਜ ਸੱਤ ਦਿਨ ਹੋਏ ਨੇ, ਦਸ ਪੰਦਰਾਂ ਦਿਨ ਹੋਰ ਹੋ ਗਏ ਨੇ, ਸਾਈਂ ਨਾਮ ਤਾਂ ਦੇ ਦੇ ਚੰਗੀ ਕੋਈ ਗੱਲ ਨਹੀਂ, ਜਦੋਂ ਸੰਪਰਕ ਆਏਗਾ ਤਾਂ ਨਾਮ ਦਾਨ ਵੀ ਮਿਲੇ, ਨਾਮ ਦਾਨ ਵੀ ਬਖਸ਼ਿਸ਼ ਕਰ ਦਿਆਂਗੇ, ਫਿਕਰ ਨਾ ਕਰੋ। ਹੁਣ ਪੰਜ ਸੱਤ ਦਿਨ ਹੋਰ ਹੋਏ ਨੇ, ਕਹਿਣ ਲੱਗੇ ਸਾਈਂ ਮੁੜ ਤੇ ਕਿਰਪਾ ਕਰ ਦਿਓ, ਕਹਿਣ ਲੱਗੇ ਤਾਂ ਫਿਰ ਦੋਵੇਂ ਆ ਜਾਓ, ਦੋਵੇਂ ਜਣੇ ਆ ਜਾਓ, ਬੜੇ ਖੁਸ਼ ਹੋਏ ਕਿ ਦੋਵੇਂ ਜਣੇ ਆ ਜਾਓ, ਕਿਉਂਕਿ ਫਰਕ ਜਿਸਰੇ ਦੇ ਉਸਤਾਦ ਗੁਰੂ ਕਰਨਾ ਤਾਂ ਸੂਰ ਲੜਕੇ ਦਾ ਮੈਨੂੰ ਲੱਗਦਾ। ਹੁਣ ਤਾਂ ਗੱਲ ਇਹੋ ਜਿਹੀ ਆ ਕਿ ਆਦੇ ਤਿੰਨੇ ਚੇਲੇ ਬਣ ਕੇ ਬਣ ਲਓ, ਮੇਰੇ ਬਾਬੇ ਦੀ ਵੱਡੇ ਵੱਡੇ ਹੋਣਗੇ ਮੇਰੇ ਚੇਲੇ ਬਣ ਗਏ। ਹੁਣ ਜਿਸ ਵੇਲੇ ਇੰਨੀਆਂ ਗੱਲਾਂ ਸਾਈ ਹੋਈਆਂ ਨੇ, ਸਾਈ ਨੇ ਕੀ ਕੀਤਾ, ਦੋ ਮਾਇਆ ਰੂਪੇ ਪੰਛੀ ਲੈ ਲੈ ਲਏ ਅਤੇ ਦੋ ਛਈਆਂ ਮਿਲਾ ਲਈਆਂ, ਛੁਰੀਆਂ ਜਿਸ ਵੇਲੇ ਮੰਗਾ ਲਈਆਂ, ਇੱਕ ਇੱਧਰ ਨਫਰਾਤੀ ਇੱਕ ਇੱਧਰ, ਅਤੇ ਇੱਕ ਪੰਛੀ ਇੱਧਰ ਨਫਰਾਤਾ ਇੱਕ ਇੱਧਰ ਨਫਰਾਤਾ, ਕਹਿਣ ਲੱਗੇ ਸਜਣੋ ਠੰਡਾ ਬੰਦਾ ਪਾਉਣ।
होती है जिंदगी में
ਪੂਰ ਹੋ ਗਏ ਆ ਲੋੜ ਰਹੀ ਨਾ ਮੰਗਣ ਦੀ।
ਪੀਰੀ ਦਾ ਤਾੜੀ ਮਾਰ ਦੇ ਕੰਨੀ ਬਰਾਤ ਚੜੀ ਗੱਲ ਇਹ ਭਜਨ ਸੰਦੂ